ਇਨਫੋਰਮੇਸ਼ਨ ਮਿਲੀ ਸੀਗੀ ਜਿਹਦੇ ਵਿੱਚ ਮੁਦਈ ਚਤਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਢਿਲਵਾਂ ਜਲੰਧਰ ਦੇ ਇਹ ਵਿਅਕਤੀ ਨੇ ਸਾਨੂੰ ਕੰਪਲੇਂਟ ਦਿੱਤੀ ਕਿ ਇਹ ਆਪਣਾ ਘਰ ਦੀ ਉਸਾਰੀ ਕਰ ਰਿਹਾ ਸੀਗਾ। ਉਹਦੇ ਵਿੱਚ ਪਰਸੋਂ ਦਿਨ ਕੁਝ ਵਿਅਕਤੀ ਇਹਦੇ ਘਰ ਆਏ ਜੋ ਕਿ ਆਪਣੇ ਆਪ ਨੂੰ ਮਿਊਂਸੀਪਲ ਕਾਰਪੋਰੇਸ਼ਨ ਦੇ ਫੀਲਡ ਆਫਿਸਰ ਦੱਸਦੇ ਹੋਏ ਉਹਨੂੰ ਦੱਸ ਕੇ ਗਏ ਕਿ ਤੇਰੇ ਘਰ ਦੀ ਉਸਾਰੀ ਜਿਹੜੀ ਹੈ ਗਲਤ ਤਰੀਕੇ ਨਾਲ ਕਰ ਰਿਹਾ, ਤੇਰੇ ਕੋਲ ਰਿਕੁਆਇਰਡ ਪਰਮਿਸ਼ਨਸ ਨਹੀਂ ਆ। ਉਸ ਵਕਤ ਇਸ ਜਿਹੜਾ ਚਤਰ ਸਿੰਘ ਸੀਗਾ ਉਹ ਘਰ ਹਾਜ਼ਰ ਨਹੀਂ ਸੀਗਾ ਤੇ ਉਹਦੇ ਫਾਦਰ ਨੂੰ ਇਹ ਵਿਅਕਤੀ ਆਪਣਾ ਫੋਨ ਨੰਬਰ ਦੇ ਗਏ ਤੇ ਉਹਨੂੰ ਕਹਿ ਕੇ ਗਏ ਕਿ ਸਾਨੂੰ ਇਸ ਨੰਬਰ ਦੇ ਉੱਤੇ ਕੰਟੈਕਟ ਕੀਤਾ ਜਾਵੇ। ਕੱਲ ਸਵੇਰੇ ਜਦੋਂ ਚਤਰ ਸਿੰਘ ਨੇ ਇਹਨਾਂ ਬੰਦਿਆਂ ਦੇ ਨਾਲ ਤਾਲਮੇਲ ਕਾਇਮ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਸਾਨੂੰ ਇਸ ਜਗ੍ਹਾ ਦੇ ਉੱਤੇ ਇਸ ਨੰਬਰ ਦੇ ਉੱਤੇ ਆ ਕੇ ਸਾਨੂੰ ਸ਼ਹਿਰ ਮਿਲ। ਉਹਨੇ ਦੱਸਿਆ ਕਿ ਮੈਂ ਆਪਣੀ ਵਾਈਫ ਨੂੰ ਲੈ ਕੇ ਦਾਦਾ ਹੋਸਪਿਟਲ ਪਠਾਨਕੋਟ ਚੌਂਕ ਜਾ ਰਿਹਾ ਹਾਂ ਤੇ ਉਹਨਾਂ ਨੇ ਇੱਕ ਅਰਜ਼ ਉੱਥੇ ਕਾਹਲੀ ਪਾਈ ਕਿ ਸਾਨੂੰ ਇੱਥੇ ਹੀ ਅਸੀਂ ਆ ਜਾਂਦੇ ਹਾਂ, ਅਸੀਂ ਵੀ ਇਸੇ ਏਰੀਏ ਦੇ ਵਿੱਚ ਫਿਰ ਰਹੇ ਹਾਂ ਤੇ ਅਸੀਂ ਤੈਨੂੰ ਇੱਥੇ ਹੀ ਆ ਕੇ ਮੁਲਾਕਾਤ ਕਰਦੇ ਹਾਂ। ਜਦ ਇਹ ਵਿਅਕਤੀ ਚਤਰ ਸਿੰਘ ਨੂੰ ਮਿਲੇ ਤੇ ਉਹਨਾਂ ਨੇ ਉਹਨਾਂ ਨੂੰ ਡਰਾਇਆ ਧਮਕਾਇਆ ਤੇ ਕਿਹਾ ਕਿ ਤੇਰੇ ਕੋਲ ਰਿਕੁਆਇਰਡ ਪਰਮਿਸ਼ਨਸ ਨਹੀਂ ਹਨ ਉਸਾਰੀ ਕਰਨ ਦੀਆਂ, ਤੇਰੇ ਕੋਲ NOC ਨਹੀਂ ਹੈ ਡਿਪਾਰਟਮੈਂਟ ਦੀ ਜਿਹੜੇ ਜੋ ਕਿ ਤੈਨੂੰ ਇਹ ਕਾਗਜ਼ ਪੱਤਰ ਪੂਰੇ ਕਰਨ ਵਾਸਤੇ 2-3 ਲੱਖ ਰੁਪਈਆ ਜਿਹੜਾ ਲੱਗੇਗਾ, ਪਰ ਕਿਉਂਕਿ ਤੇਰੇ ਕੋਲ ਇਹ ਕਾਗਜ਼ ਪੱਤਰ ਨਹੀਂ ਹਨ ਸੋ ਇਹ ਉਸਾਰੀ ਜਿਹੜੀ ਹੈ ਤੇਰੀ ਢਾ ਦਿੱਤੀ ਜਾਏਗੀ। ਜਿਹੜੀ ਕਿ ਇਹਨਾਂ ਚੋਂ ਇੱਕ ਲੜਕੀ ਜਿਹੜੀ ਸੀਗੀ ਮਿਸ਼ਟੀ ਨਾਮਕ, ਉਹਨੂੰ ਉਹਨਾਂ ਨੇ ਆਪਣਾ ਫੀਲਡ ਆਫਿਸਰ ਦੱਸਿਆ ਤੇ ਦੱਸਿਆ ਕਿ ਇਹਦੇ ਅੰਡਰ ਹੀ ਇਹ ਸਾਰਾ ਉਸਾਰੀ ਦਾ ਕਰਨ ਅਤੇ ਢਾਉਣ ਦਾ ਕੰਮ ਹੈ। ਸੋ ਹੁਣੇ ਆਰਡਰ ਅਸੀਂ ਇਹ ਮੈਡਮ ਨੇ ਕਰ ਦਿੱਤੇ ਤੇ ਤੇਰਾ ਸ਼ਾਮ ਤੱਕ ਹੀ ਅਸੀਂ ਇਹ ਸਾਰੀ ਉਸਾਰੀ ਢਾ ਦੇਣੀ ਹੈ। ਉੱਥੇ ਇਹਨਾਂ ਨੇ ਉਹਦੇ ਕੋਲੋਂ 10,000 ਰੁਪਏ ਦੀ ਮੰਗ ਕੀਤੀ ਕਿ ਸਾਨੂੰ 10,000 ਰੁਪਈਆ ਦੇ ਤੇ ਤੇਰਾ ਮਸਲਾ ਇੱਥੇ ਹੀ ਰਫਾ ਦਫਾ ਕਰ ਦਿੰਦੇ ਹਾਂ। ਜਿਹੜਾ ਕਿ ਮੁਦਈ ਚਤਰ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਮੇਰੇ ਕੋਲ ਇਹ ਅਮਾਊਂਟ ਇਸ ਟਾਈਮ ਪ੍ਰੈਜੈਂਟ ਨਹੀਂ ਹਨ। ਉਹਨਾਂ ਨੇ ਆਪਣੇ ਫੋਨ ਤੋਂ Paytm ਦਾ ਜਿਹੜਾ ਸਕੈਨਰ ਹੁੰਦਾ ਉਹ ਇਹਨਾਂ ਨੂੰ ਵਟਸਐਪ ਕੀਤਾ ਤੇ ਕਿਹਾ ਕਿ ਜੇਕਰ ਤੇਰੇ ਕੋਲ ਕੈਸ਼ ਅਵੇਲੇਬਲ ਨਹੀਂ ਹੈ ਤੇ ਸਾਨੂੰ ਆਨਲਾਈਨ ਹੀ ਇਹਦੀ ਪੇਮੈਂਟ ਕਰ ਦਿੱਤੀ ਜਾਵੇ। ਮੁਦਈ ਨੇ ਉਹਨਾਂ ਨੂੰ ਦੱਸਿਆ ਕਿ ਮੇਰੇ ਕੋਲ ਕੈਸ਼ ਵੀ ਨਹੀਂ ਹੈ, ਆਨਲਾਈਨ ਵੀ ਨਹੀਂ ਮੈਂ ਪੇ ਕਰ ਸਕਦਾ, ਮੈਨੂੰ ਕੁਝ ਸਮਾਂ ਦਿੱਤਾ ਜਾਵੇ ਤਾਂ ਜੋ ਮੈਂ ਘਰੋਂ ਜਾ ਕੇ ਇਹ ਅਮਾਊਂਟ ਲੈ ਕੇ ਆ ਜਾਵਾਂ। 2 ਦਿਨ ਦੇ, 1 ਦਿਨ ਤੋਂ ਪਹਿਲਾਂ ਉਹਨੂੰ ਜਦੋਂ ਘਰੇ ਉਹਨੂੰ ਮੈਸੇਜ ਦੇ ਕੇ ਗਏ ਨੇ ਤੇ ਨੈਕਸਟ ਡੇ ਦੀ ਕੱਲ ਦੀ ਇਹ ਸਾਰੀ ਗੱਲਬਾਤ ਹੈ। ਮੈਂ ਉਹੀ ਦੱਸ ਰਿਹਾ ਨਾ, ਜਦੋਂ ਉਹ ਘਰੋਂ ਪੈਸੇ ਲੈ ਕੇ ਆਇਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਲਾਰੈਂਸ ਸਕੂਲ ਲਾਗੇ ਅਕਸ਼ਰਧਾਮ ਮੰਦਿਰ ਦੇ ਲਾਗੇ ਮਿਲਿਆ ਤੇ ਉਹਨੇ ਇਹ ਆਪਣੀ ਮੁਸੀਬਤ ਉਹਦਾ ਸਾਹਮਣੇ ਰੱਖੀ ਕਿ ਮੇਰੇ ਕੋਲ ਪੈਸੇ ਅਦਾਇਗੀ ਕਰਨ ਦੇ ਵਾਸਤੇ ਮੈਂ ਸਕਸ਼ਮ ਨਹੀਂ ਹਾਂ ਤੇ ਉਹਨੇ ਸਿਰਫ ਤੇ ਸਿਰਫ 5,000 ਰੁਪਈਆ ਹੀ ਉਹਨਾਂ ਨੂੰ ਕਿਹਾ ਕਿ ਸਾਨੂੰ ਦੇ ਰਹੇ ਤੇ ਤੇਰਾ ਮਸਲਾ ਇੱਥੇ ਹੀ ਰਫਾ ਦਫਾ ਕਰਦੇ ਹਾਂ। ਜਦੋਂ ਇਹ ਗੱਲਬਾਤ ਹੋ ਰਹੀ ਸੀਗੀ ਤੇ ਮੁਦਈ ਨੂੰ ਇਹਨਾਂ ਦੀ ਗੱਲਾਂ ਬਾਤਾਂ ਤੋਂ ਇਹਨਾਂ ਦੇ ਸ਼ੱਕ ਹੋਣਾ ਸ਼ੁਰੂ ਹੋਇਆ। ਉਹਨੇ 5,000 ਰੁਪਏ ਤੇ ਇਹਨਾਂ ਨੂੰ ਅਦਾ ਕਰ ਦਿੱਤੇ, ਲੇਕਿਨ ਨਾਲ ਹੀ ਉੱਥੇ ਜਿਹੜੀ ਸਾਡੀ PCR ਸੀਗੀ ਉਹਨੂੰ ਇਨਫੋਰਮ ਕੀਤਾ, ਜੋ PCR ਨੇ ਤੁਰੰਤ ਮੌਕੇ ਤੇ ਆ ਕੇ ਇਹ ਚਾਰੋਂ ਜਿਹੜੇ ਵਿਅਕਤੀ ਸੀਗੇ ਨਾਲ ਹੀ ਸਾਡਾ ਮੁਦਈ ਇਹ ਸਾਰਿਆਂ ਨੂੰ ਲੈ ਕੇ ਥਾਣੇ ਆ ਗਏ। ਥਾਣੇ ਆ ਕੇ ਜਦੋਂ ਇਹਨਾਂ ਦੇ ਕੋਲੋਂ ਪੁੱਛ ਪੜਤਾਲ ਕੀਤੀ ਗਈ ਤੇ ਸਮਝ ਆਇਆ ਕਿ ਇਹ ਜਿਹੜੇ 4 ਵਿਅਕਤੀ ਨੇ ਇਹ ਕਿਸੇ ਵੀ ਸਰਕਾਰੀ ਡਿਪਾਰਟਮੈਂਟ ਮਿਊਂਸੀਪਲ ਕਾਰਪੋਰੇਸ਼ਨ ਨਾਲ ਸੰਬੰਧਿਤ ਨਹੀਂ ਹਨ। ਇਹਨਾਂ ਕੋਲ ਕੋਈ ਰਾਈਟ ਨਹੀਂ ਸੀਗੀ ਕਿ ਇਹ ਕਿਸੇ ਵੀ ਵਿਅਕਤੀ ਕੋਲ ਜਾ ਕੇ ਉਹਦੇ ਕੋਲੋਂ ਇਹੋ ਜਿਹੀ NOC ਬਾਰੇ ਜਾਂ ਕੋਈ ਵੀ ਉਹਦੀ ਉਸਾਰੀ ਬਾਰੇ ਗੱਲਬਾਤ ਕਰਨ। ਇਹ ਸਿਰਫ ਤੇ ਸਿਰਫ ਉਹਨੂੰ ਠੱਗਣਾ ਚਾਹੁੰਦੇ ਸਨ, ਉਹਨੂੰ ਡਰਾ ਧਮਕਾ ਕੇ ਉਹਦੇ ਕੋਲ ਪੈਸੇ ਕਢਵਾਉਣਾ ਚਾਹੁੰਦੇ ਸਨ। ਨਾਲ ਦੀ ਨਾਲ ਇਹ ਵੀ ਗੱਲ ਸਾਹਮਣੇ ਆਈ ਕਿ ਇਹਨਾਂ ਵਿੱਚੋਂ ਜਿਹੜੇ 3 ਵਿਅਕਤੀ ਨੇ ਉਹ ਪ੍ਰੈਸ ਰਿਲੇਟਡ ਵਿਅਕਤੀ ਨੇ। ਉਹ ਪ੍ਰੈਸ ਦੇ ਵਿੱਚ ਆਪਣਾ ਉਹਨਾਂ ਨੇ ਚੈਨਲ ਬਣਾਇਆ ਸੀਗਾ, ਵੈਬ ਪੋਰਟਲ ਜਿਹਨੂੰ ਕਹਿੰਦੇ ਆ, ਆਪਣੇ ਆਪ ਵੀਡੀਓਜ਼ ਬਣਾਉਂਦੇ ਸੀਗੇ, ਵੀਡੀਓਜ਼ ਬਣਾ ਕੇ ਅਪਲੋਡ ਕਰਦੇ ਸੀਗੇ। ਇਸ ਕਰਕੇ ਉਹਨਾਂ ਨੂੰ ਸਰਕਾਰੀ ਡਿਪਾਰਟਮੈਂਟਸ ਦੀ ਨੌਲੇਜ ਵੀ ਸੀਗੀ, ਥੋੜ੍ਹਾ ਆਈਡੀਆ ਸੀਗਾ ਕਿ ਕਿੱਦਾਂ ਡਿਪਾਰਟਮੈਂਟਸ ਕੰਮ ਕਰਦੇ ਨੇ, ਕਿਹੜੀਆਂ NOCs ਚਾਹੀਦੀਆਂ ਹੁੰਦੀਆਂ ਨੇ, ਕਿਹੜੀਆਂ ਪਰਮਿਸ਼ਨ ਚਾਹੀਦੀਆਂ ਹੁੰਦੀਆਂ ਨੇ। ਇਸ ਕਰਕੇ ਹੀ ਉਹਨਾਂ ਦੇ ਅਦਾਰੇ ਦੇ ਉੱਤੇ ਹੀ ਇਹ ਉਹਨੂੰ ਡਰਾਉਂਦੇ ਧਮਕਾਉਂਦੇ ਰਹੇ। ਜਿਹੜੇ ਜਦੋਂ ਇਹ ਗੱਲ ਸਾਰੀ ਪੁੱਛਗਿੱਛ ਵਿੱਚ ਸਾਹਮਣੇ ਆਈ
ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਕਿਸੇ ਵੀ ਡਿਪਾਰਟਮੈਂਟ ਰਿਲੇਟਡ ਨਹੀਂ ਹਨ, ਇਹ ਪ੍ਰਾਈਵੇਟ ਬੰਦੇ ਹਨ ਜਿਹੜਾ ਡਿਪਾਰਟਮੈਂਟ ਦੀ ਇੰਪਰਸਨੇਸ਼ਨ ਕਰਕੇ ਉਹਨਾਂ ਦੀ ਆਈਡੈਂਟੀ ਦਾ ਫਾਇਦਾ ਚੁੱਕਦੇ ਹੋਏ ਇਸ ਉਸ ਬੰਦੇ ਤੋਂ ਠੱਗੀ ਮਾਰਨਾ ਚਾਹੁੰਦੇ ਸਨ। ਚੌਥਾ ਬੰਦਾ ਦਾ ਜਿਹੜਾ ਇਹਨਾਂ ਦਾ ਜਾਣਕਾਰੀ ਹੈ ਜੀ, ਜਿਹਦਾ ਮੇਨ ਪਰਪਸ ਇਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਬਾਈਕ ਵਗੈਰਾ ਜਿਹੜਾ ਸਬਮਿਟ ਕਰਾ ਦਿੰਦਾ ਸੀਗਾ, ਦੇ ਦਿੰਦਾ ਸੀਗਾ, ਇੱਕ ਥੋੜੇ ਜਿਹੇ ਵਿਅਕਤੀ ਜ਼ਿਆਦਾ ਕਰਨ ਲਈ ਕਿ ਜ਼ਿਆਦਾ ਦਿਖਾਉਣ ਲਈ ਕਿ ਅਸੀਂ ਡਿਪਾਰਟਮੈਂਟ ਤੋਂ ਆਏ ਹਾਂ, ਥੋੜਾ ਸਿਹਤ ਵਜੋਂ ਚੰਗਾ ਹੈ ਅਤੇ ਉਹਨੂੰ ਦਿਖਾਉਣ ਲਈ ਕਿ ਇਹ ਉਸਾਰੀ ਦਾ ਕੰਮ ਢਾਉਣ ਵਾਸਤੇ ਆ, ਦੇਖੋ ਜੀ ਸਾਡੇ ਆਏ ਨੇ ਇੰਸਪੈਕਟਰ ਆਏ ਨੇ, ਫੀਲਡ ਅਫਸਰ ਆਏ ਨੇ, ਇਹਨਾਂ ਦੇ ਨਾਲ ਇਹ ਬੰਦੇ ਦੂਸਰੇ, ਇਸੇ ਕਰਕੇ ਉਹਨਾਂ ਦੇ ਨਾਲ ਪਾਈ ਨਹੀਂ। ਇਹੋ ਜਿਹਾ ਹਜੇ ਕੁਛ ਵੀ ਇਹਨਾਂ ਕੋਲ ਇਹੋ ਜਿਹੀ ਚੀਜ਼ ਬਰਾਮਦ ਨਹੀਂ ਹੋਈ, ਤਾਂ ਹੀ ਉਹ ਇਸ ਗੱਲ ਦਾ ਕਿ ਸ਼ੱਕ ਪੈਦਾ ਹੋਇਆ ਸੀਗਾ ਕਿ ਇਹ ਕਿਸ ਆਧਾਰ ਦੇ ਉੱਤੇ ਉਹਨਾਂ ਕੋਲ ਪੈਸੇ ਦੀ ਡਿਮਾਂਡ ਕਰ ਰਹੇ ਨੇ। ਇਸ ਕਰਕੇ ਇਹਨਾਂ ਦੇ ਉੱਤੇ ਜਿਹੜੀ ਹੈਗੀ ਹੈ FIR ਰਜਿਸਟਰ ਕੀਤੀ ਗਈ ਹੈ ਅੰਡਰ ਸੈਕਸ਼ਨ 384 ਐਕਸਟੋਰਸ਼ਨ ਜਿਹਨੂੰ ਕਹਿੰਦੇ ਆ, 419 420 ਜਿਹਦੇ ਵਿੱਚ ਇੰਪਰਸਨੇਸ਼ਨ ਤੇ ਚੀਟਿੰਗ ਅਤੇ 34 ਕਿਉਂਕਿ ਇਹ ਗਰੋਹ ਬਣਾ ਕੇ ਇਹ ਕੰਮ ਕਰ ਰਹੇ ਸੀ। ਇਨੀਸ਼ੀਅਲ ਪੁੱਛਗਿੱਛ ਵਿੱਚ ਇਹ ਵੀ ਗੱਲ ਸਾਹਮਣੇ ਆਈ ਕਿ ਪਿਛਲੇ ਕੁਛ ਦਿਨਾਂ ਦੇ ਵਿੱਚ ਇਹਨਾਂ ਨੇ ਪਰਮਜੀਤ ਪੁੱਤਰ ਕਸ਼ਮੀਰ ਸਿੰਘ ਜੋ ਕਿ ਲੱਦੇਵਾਲੀ ਜਲੰਧਰ ਦਾ ਰਹਿਣ ਵਾਲਾ, ਉਹ ਵੀ ਸਿਮਿਲਰਲੀ ਆਪਣੇ ਮਕਾਨ ਦੀ ਉਸਾਰੀ ਦਾ ਕੰਮ ਕਰ ਰਿਹਾ ਸੀਗਾ ਤੇ ਉਹਦੇ ਕੋਲੋਂ 2500 ਰੁਪਏ ਦੀ ਠੱਗੀ ਇਹਨਾਂ ਨੇ ਪਹਿਲਾਂ ਇਨੀਸ਼ੀਅਲੀ ਮਾਰੀ ਹੈ। ਸਿਮਿਲਰਲੀ ਗਦਈਪੁਰ ਤੋਂ 8 ਤਰੀਕ ਨੂੰ ਨਵੇਂ ਬਣੇ ਹੋਏ ਘਰ ਦੀ ਉਸਾਰੀ ਦਾ ਵਿੱਚ ਵੀ ਇਹਨਾਂ ਨੇ ਇੱਦਾਂ ਹੀ ਜਾ ਕੇ ਵਿਘਨ ਪਾਇਆ, ਉਹਨਾਂ ਕੋਲ ਪੈਸੇ ਦੀ ਡਿਮਾਂਡ ਕੀਤੀ ਤੇ ਉਹਨਾਂ ਕੋਲੋਂ 4000 ਰੁਪਇਆ ਇਹ ਉਹਨਾਂ ਕੋਲ ਠੱਗੀ ਮਾਰ ਕੇ ਲਿਆਏ। ਮੈਂ ਇੱਥੇ ਦੱਸਣਾ ਚਾਹਾਂਗਾ ਕਿ 4 ਜਣੇ ਨੇ ਪ੍ਰਾਈਮ ਵਸਾਈ, ਇਹਨਾਂ ਦੀ ਪੁੱਛਗਿੱਛ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਨੇ ਮੈਂ ਪ੍ਰੈਸ ਦੇ ਨਾਲ ਸ਼ੇਅਰ ਕੀਤੀਆਂ ਨੇ। ਅੱਜ ਇਹਨਾਂ ਦਾ ਰਿਮਾਂਡ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੈਕਸੀਮਮ ਰਿਮਾਂਡ ਲਿਆ ਜਾਵੇ ਤੇ ਇਹਨਾਂ ਨੇ ਜਲੰਧਰ ਸ਼ਹਿਰ ਦੇ ਵਿੱਚ ਹੋਰ ਕਿੱਥੇ ਕਿੱਥੇ ਇਹ ਠੱਗੀਆਂ ਮਾਰੀਆਂ ਨੇ ਜਾਂ ਲੋਕਾਂ ਨੂੰ ਡਰਾਇਆ ਧਮਕਾਇਆ, ਉਹ ਚੀਜ਼ਾਂ ਜਦੋਂ ਸਾਹਮਣੇ ਆਉਣਗੀਆਂ ਅਸੀਂ ਪ੍ਰੈਸ ਦੇ ਨਾਲ ਸ਼ੇਅਰ ਕਰਾਂਗੇ। ਸੋ ਇਹ 4 ਬੰਦੇ ਜਿਹੜੇ ਅਸੀਂ ਅਰੈਸਟ ਕੀਤੇ ਨੇ, ਮਨਪ੍ਰੀਤ ਸਿੰਘ ਪੁੱਤਰ ਤਰਲੋਚਨ ਸਿੰਘ ਜੋ ਕਿ ਅਵਤਾਰ ਨਗਰ ਦਾ ਰਹਿਣ ਵਾਲਾ ਹੈ, ਸਨੀ ਮਹਿੰਦਰੂ ਪੁੱਤਰ ਨਰਿੰਦਰ ਮਹਿੰਦਰੂ ਜੋ ਕਿ ਬਲਦੇਵ ਨਗਰ ਦਾ ਰਹਿਣ ਵਾਲਾ ਹੈ, ਅਜੇ ਕੁਮਾਰ ਛੋਟੀ ਪੁੱਤਰ ਮੋਹਨ ਲਾਲ ਛੋਟੀ ਵਾਲੀ ਮੁਹੱਲਾ ਦਾ ਰਹਿਣ ਵਾਲਾ ਹੈ, ਤੇ ਲੜਕੀ ਜਿਹੜੀ ਮਿਸ਼ਟੀ ਹੈ ਪੁੱਤਰ ਪੁੱਤਰੀ ਸ਼ਫੀਕ ਮਾਡਲ ਹਾਊਸ ਦੀ ਰਹਿਣ ਵਾਲੀ, ਇਹਨਾਂ ਵਿੱਚੋਂ ਜਿਹੜਾ ਸਨੀ ਮਹਿੰਦਰੂ ਹੈ ਇਹਨੇ ਇਹਦੀ ਪੁੱਛਗਿੱਛ ਵਿੱਚ ਗੱਲ ਸਾਹਮਣੇ ਆਈ ਕਿ ਕੋਰੋਨਾ ਤੋਂ ਬਾਅਦ ਇਹਨੇ ਪੰਜਾਬ ਨਿਊਜ਼ ਮੇਲ ਵਿੱਚ ਪੱਤਰਕਾਰੀ ਇੱਕ ਚੈਨਲ ਹੈ ਜਿਹੜਾ ਇਹਨੇ ਆਪਣੇ ਆਪ ਹੀ ਸਟਾਰਟ ਕੀਤਾ ਸੀ, ਉਹਦਾ ਮੁੱਖ ਸੰਪਾਦਕ ਵੀ ਇਹ ਆਪ ਹੀ ਸੀਗਾ ਤੇ ਆਪ ਹੀ ਉਹਨੂੰ ਰਨ ਕਰਦਾ ਸੀਗਾ। ਇਹਦੇ ਨਾਲ ਮਨਪ੍ਰੀਤ ਸਿੰਘ ਇਹ ਵੀ ਪੰਜਾਬ 24 ਪ੍ਰੈਸ ਵਿੱਚ ਪੱਤਰਕਾਰ ਹੈ ਜੋ ਕਿ ਵੈਸੇ ਤਾਂ ਪ੍ਰੈਸ ਵੀ ਦਾ ਕੰਮ ਵੀ ਕਰ ਰਿਹਾ ਸੀਗਾ ਤੇ ਆਪਣੇ ਫਾਦਰ ਦੇ ਨਾਲ ਉਹਦਾ ਅੰਡਰਗਾਰਮੈਂਟ ਸੀ ਰੇਹੜੀ ਦਾ ਕੰਮ ਹੈ ਤੇ ਉੱਥੇ ਵੀ ਉਹਨਾਂ ਦੀ ਮਦਦ ਕਰਦਾ ਸੀਗਾ। ਤੀਜਾ ਜਿਹੜਾ ਅਜੇ ਕੁਮਾਰ ਹੈ ਉਹਦਾ ਗਰਮ ਮਸਾਲਿਆਂ ਦਾ ਤੇ ਲਾਚੀਆਂ ਵਗੈਰਾ ਦਾ ਇਹੋ ਜਿਹਾ ਆਪਣਾ ਕਾਰੋਬਾਰ ਸੀਗਾ, ਉਹ ਪ੍ਰੈਸ ਦੇ ਨਾਲ ਰਿਲੇਟਡ ਨਹੀਂ ਸੀਗਾ। ਤੇ ਜਿਹੜੀ ਮਿਸਟੀ ਲੜਕੀ ਹੈ ਉਹ 24 ਆਲ ਇੰਡੀਆ ਲਾਈਵ ਵਿੱਚ ਪੱਤਰਕਾਰ ਹੈ ਜਿਹਨੇ ਮਾਸਟਰਸ ਦੀ ਡਿਗਰੀ ਵੀ ਕੀਤੀ ਹੋਈ ਸੀ, ਪ੍ਰੋਫੈਸ਼ਨਲ ਜਿਹੜੀ ਜਰਨਲਿਜ਼ਮ ਦੀ ਡਿਗਰੀ ਵੀ ਕੀਤੀ ਹੋਈ ਸੀਗੀ, ਉਹ ਵੀ ਇਸ ਇਹਨਾਂ ਦੇ ਝਾਂਸੇ ਵਿੱਚ ਆ ਕੇ ਇਹਨਾਂ ਦੇ ਨਾਲ ਜਿਹੜੀ ਇਹ ਸਾਰੀ ਠੱਗੀ ਠੋਰੀ ਦਾ ਜਿਹੜਾ ਕੰਮ ਸੀਗਾ, ਜਿਹੜਾ ਗਰੋਹ ਇਹਨਾਂ ਨੇ ਬਣਾਇਆ ਹੋਇਆ ਸੀਗਾ, ਉਹਦੇ ਵਿੱਚ ਭੋਲੇ ਭਾਲੇ ਲੋਕਾਂ ਨੂੰ ਇਹ ਠੱਗ ਰਹੇ ਸਨ। ਸੋ ਕੱਲ੍ਹ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ, ਅੱਜ ਇਹਨਾਂ ਨੂੰ ਮਾਣਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ, ਮੈਕਸੀਮਮ ਰਿਮਾਂਡ ਲੈ ਕੇ ਜੋ ਵੀ ਅੱਗੇ ਤਫਤੀਸ਼ ਸਾਹਮਣੇ ਗੱਲ ਆਉਂਦੀ ਹੈ ਉਹ ਤੁਹਾਡੇ ਨਾਲ ਸ਼ੇਅਰ ਕੀਤੀ।